ਸਤਿ ਸ਼੍ਰੀ ਅਕਾਲ ਦੋਸਤੋ, ਅਤੇ ਅੱਜ ਲੱਗੇ ਹਾਂ ਤੁਰਨ। ਤੁਹਾਨੂੰ ਦੱਸ ਕਿਹਾ ਸੀਗਾ ਬਲੌਗ, ਪਿਛਲੇ ਬਲੌਗ ਦੇ ਵਿੱਚ ਵੀ ਤੁਹਾਨੂੰ ਕੈਨੇਡਾ ਟੂ USA ਦਾ ਟ੍ਰਿਪ ਦਿਖਾਵਾਂਗੇ, ਅਤੇ ਅੱਜ ਮੈਂ ਤੁਰਨ ਲੱਗਿਆਂ ਕੈਨੇਡਾ ਤੋਂ USA, USA ਕੈਲੀਫੋਰਨੀਆ, ਅਤੇ ਉਹ ਵੀ ਟੀਮ ਦੇ ਵਿੱਚ ਜਾਣ ਲੱਗਿਆਂ। ਅਤੇ ਮੁੰਡਾ ਟੀਮ ਦੇ ਵਿੱਚ ਮੇਰੇ ਕੋਲ ਨਾਲ ਹੈਗਾ ਰਾਏ, ਅਤੇ ਮਿਲਾਵਾਂਗੇ ਤੁਹਾਨੂੰ ਰਾਏ ਨੂੰ ਵੀ। ਅਤੇ ਹੁਣ ਅਸੀਂ ਮੈਂ ਜਾ ਰਿਹਾ ਘਰ ਤੋਂ ਯਾਰਡ ਨੂੰ, ਯਾਰਡ 'ਚ ਜਾ ਕੇ ਫਿਰ ਟਰੱਕ ਪਿੱਕ ਕਰਨਾ। ਟਰੱਕ ਪਿੱਕ ਕਰਨ ਤੋਂ ਬਾਅਦ ਮੇਰਾ ਸਾਡੀ ਦੂਜੀ ਯਾਰਡ ਦੇ ਵਿੱਚ ਟ੍ਰੇਲਰ ਖੜ੍ਹਾ ਵਾ, ਅਤੇ ਉਹ ਪਿੱਕ ਕਰਨਾ ਵਾ, ਅਤੇ ਰਾਏ ਵੀ ਉੱਥੇ ਦੂਜੀ ਯਾਰਡ 'ਚ ਮਿਲੂਗਾ ਕਿਉਂਕਿ ਉਹਦਾ ਘਰ ਉੱਧਰ ਆ। ਉਹਨੂੰ ਮੈਂ ਕਹਿਤਾ ਸੀ ਵੀ ਟਰੱਕ ਇੱਧਰੋਂ ਮੈਂ ਪਿੱਕ ਕਰਕੇ ਲੈ ਆਊਂਗਾ, ਅਤੇ ਉੱਥੇ ਨਾਲ ਚੱਕ ਲਾਂਗੇ। ਅਤੇ ਲਓ ਵੀ ਮਿੱਤਰੋ, ਤੁਰ ਲੱਗਿਆ USA ਨੂੰ, ਟੀਮ ਮੈਂਬਰ ਵੀ ਆ ਗਿਆ ਸੀ, ਅਤੇ ਟਰੱਕ ਲੈ ਕੇ ਚੱਲੇ ਹਾਂ ਰਿਫਰ ਰੋਡ ਆਪਣਾ, ਅਤੇ ਲੈ ਕੇ ਤੁਰਨ ਲੱਗੇ ਹਾਂ ਆਪਣੀ ਕੰਪਨੀ ਗੋਲਡ ਲੀਫ, ਸਾਡਾ ਟੀਮ ਪਾਰਟਨਰ ਰਾਏ। ਠੀਕ ਆ ਜੀ, ਬਸ ਲੱਗੇ ਹਾਂ ਤੁਰਨ, ਅਤੇ ਥੋੜ੍ਹਾ ਲੇਟ ਹੋ ਗਏ ਹਾਂ। ਸਾਡੇ ਪੇਪਰ ਵਰਕ ਦੂਜੀ ਯਾਰਡ 'ਚ ਰਹਿ ਗਏ ਸੀ, ਉਹ ਚੱਕਣ ਚਲੇ ਗਏ ਸੀ, ਅਤੇ ਆਹ ਸਾਡਾ ਟਰੱਕ ਹੈ, ਅਤੇ ਬਸ ਆਹ ਯਾਰਡ ਆ ਸਹੀ ਵਾਲੀ, ਅਤੇ ਬਸ ਤੁਰਦੇ ਹਾਂ ਅਤੇ ਫਿਰ ਮਿਲਦੇ ਹਾਂ। ਲਓ ਜੀ, USA ਬਾਰਡਰ 'ਤੇ ਪਹੁੰਚ ਗਏ ਹਾਂ, ਸਾਹਮਣੇ ਆ USA ਬਾਰਡਰ, ਅਤੇ ਬਸ ਜਾਈ ਜਾਂਦੇ ਹਾਂ USA ਬਾਰਡਰ। ਮੈਂ ਅਤੇ ਮੇਰਾ ਨਾਲ ਟੀਮ ਪਾਰਟਨਰ ਰਾਏ, ਅਸੀਂ ਦੋਨੇ ਜਾਣੇ ਜਾ ਰਹੇ ਹਾਂ ਟੀਮ ਪਾਰਟਨਰ 'ਚ। ਅਤੇ ਸਾਹਮਣੇ ਕਾਰਾਂ ਦੀ ਲਾਈਨਾਂ ਲੱਗੀਆਂ ਹੋਈਆਂ ਬਹੁਤ ਤਗੜੀਆਂ ਤਗੜੀਆਂ, ਅਤੇ ਇੱਥੇ ਵੀ ਇਹੋ ਜਿਹੇ ਬੰਦੇ ਫਿਰਦੇ ਨੇ ਡਰੱਗੀ। ਕਮਰਸ਼ੀਅਲ ਟਰੱਕ ਇੱਧਰ ਜਾਂਦਾ, ਉੱਧਰ ਹੀ ਕਾਰਾਂ ਜਾਂਦੀਆਂ ਨੇ, ਇੱਧਰ ਹੀ ਕਮਰਸ਼ੀਅਲ ਟਰੱਕ ਜਾਂਦਾ। ਅਤੇ ਇਹਦੇ 'ਚ ਵੀ ਅੱਗੇ ਜਾ ਕੇ ਦੋ ਲਾਈਨਾਂ ਨੇ, ਇੱਕ ਹੈਗੀ ਆ ਫਾਸਟ ਟਰੈਕ ਵਾਲੀ ਐਕਸਪ੍ਰੈਸ ਲਾਈਨ, ਅਤੇ ਇੱਕ ਹੈਗੀ ਆ ਦੂਜੀ ਨੋਰਮਲ ਵਾਲੀ। ਅਸੀਂ ਆਪਾਂ ਜਿਵੇਂ ਨੋਰਮਲ ਜੀ ਕਈਆਂ ਕੋਲ ਕਾਰਡ ਬਣਿਆ ਤਾਂ ਫਾਸਟ ਵਾਲਾ ਫਾਸਟ ਵਾਲੀ ਲਾਈਨ 'ਚ ਜਾਂਦਾ, ਰਾਈਟ ਲਾਈਨ 'ਚ ਅਸੀਂ ਲੈਫਟ ਲਾਈਨ 'ਚ ਜਿੱਦਾਂ ਆਪਣੇ ਕੋਲ ਤੋਂ ਫਾਸਟ ਲੈ ਜਾਈਦਾ, ਅਤੇ ਜਾਂਦੇ ਹਾਂ ਵਧੀਆ। ਰਸ਼ ਵੀ ਹੈ ਨਹੀਂ ਗਾ, ਅੱਜ ਸੰਡੇ ਆ, ਨਹੀਂ ਤਾਂ ਇੱਥੇ ਲਾਈਨ ਅਪ ਬਹੁਤ ਤਕੜੀ ਲੱਗੀ ਹੁੰਦੀ ਆ, ਘੱਟੋ ਘੱਟ ਅੱਧਾ ਪੌਣਾ ਘੰਟਾ ਘੰਟਾ ਦੋ ਦੋ ਘੰਟੇ ਵੀ ਲੱਗ ਜਾਂਦੇ ਆ, ਇੰਨੀ ਲਾਈਨ ਅਪ ਲੱਗ ਜਾਂਦੀ ਆ। ਕੁਝ ਕੁ ਟਾਈਮ ਤੋਂ ਹੋਇਆ ਵੀ ਐਡਾ ਲੱਗਦਾ ਵਾ, ਅਤੇ ਹੁਣ ਆਹ ਦੇਖੋ ਪ੍ਰੋਸੀਡ ਲਈ ਪ੍ਰੋਸੀਡ ਲੈ ਜਾ ਰਹੇ, ਅਤੇ ਜਾ ਰਹੇ ਹਾਂ। ਸਾਡੇ ਕੋਲ ਸੀਗਾ ਐਗਰੀਕਲਚਰ ਫੂਡ, ਮਤਲਬ ਟਮਾਟੋ ਸੀਗੇ ਐਗਰੀਕਲਚਰ, ਅਤੇ ਬਾਰਡਰ ਆਫਿਸਰ ਕਹਿੰਦਾ ਵੀ ਡੌਕ 'ਤੇ ਪੈਕ ਕਰ ਲਓ, ਅਤੇ ਹੁਣ ਅਸੀਂ ਇੱਥੇ ਡੌਕ 'ਤੇ ਪੈਕ ਕਰਕੇ ਅੰਦਰੋਂ ਪੇਪਰ ਵਰਕ ਲੈ ਕੇ ਜਾਵਾਂਗੇ, ਉਹ ਕਲੀਅਰ ਕਰਕੇ ਐਗਰੀਕਲਚਰ ਲੋਡਾਂ ਨੂੰ ਹਰੇਕ ਨੂੰ ਡੌਕ 'ਤੇ ਪੈਕ ਕਰਾਉਂਦੇ ਆ। ਪੈਕ ਕਰਨ ਤੋਂ ਬਾਅਦ ਫਿਰ ਇੰਸਪੈਕਸ਼ਨ ਕਰਦੇ, ਇੰਸਪੈਕਸ਼ਨ ਤੋਂ ਬਾਅਦ ਫਿਰ ਭੇਜਦੇ ਆ, ਅਤੇ ਹੁਣ ਅਸੀਂ ਡੌਕ 'ਤੇ ਪੈਕ ਕਰਕੇ ਫਿਰ ਅੰਦਰ ਜਾਵਾਂਗੇ, ਅੰਦਰ ਜਾ ਕੇ ਸਾਰਾ ਕਲੀਅਰ ਕਰਾਂਗੇ, ਕਲੀਅਰ ਕਰਕੇ ਫਿਰ ਗੋ ਟੂ ਗੋ ਹੋਵਾਂਗੇ। ਹਾਂਜੀ, ਹੁਣ ਅਸੀਂ ਟੱਪ ਗਏ ਹਾਂ USA 'ਚ, ਵੜ ਚੁੱਕੇ ਹਾਂ ਕੈਨੇਡਾ ਤੋਂ USA, ਅਤੇ ਆਫਿਸਰ ਨੇ ਰਿਲੀਜ਼ ਕਰਤਾ ਲੋਡ, ਅਤੇ ਕਿਉਂਕਿ ਟਮਾਟੋਸ ਨੇ ਐਗਰੀਕਲਚਰ ਫੂਡ ਆ, ਐਗਰੀਕਲਚਰ ਫੂਡ ਨੂੰ ਐਗਰੀਕਲਚਰ ਨੂੰ ਇਹ ਇੰਸਪੈਕਸ਼ਨ ਕਰਦੇ ਨੇ ਅਤੇ ਫਿਰ ਭੇਜਦੇ ਨੇ, ਅਤੇ ਹੁਣ ਅਸੀਂ ਨਿਕਲ ਚੱਲੇ ਹਾਂ। ਅਤੇ ਵਿੱਚੋਂ ਕੋਈ ਮਾੜੀ ਮੋਟੀ ਮਿਸਟੇਕ ਹੁੰਦੀ ਆ ਕੋਈ, ਉਹ ਨਾ ਕਰਿਓ, ਮਜ਼ਾਕ ਨਾ ਬਣਾਇਓ, ਕਿਉਂਕਿ ਜੋ ਨਵੇਂ ਨਵੇਂ ਲੱਗੇ ਆ ਯੂਟਿਊਬਰ 'ਤੇ ਯੂਟਿਊਬ ਬਣਾਓ। ਹੁਣ ਅਸੀਂ USA 'ਚ ਐਂਟਰ ਹੋ ਗਏ ਹਾਂ, ਸਾਰਾ ਕੁਝ ਰੋਕਿਆ, ਕੈਬ ਚੈੱਕ ਕੀਤਾ ਉਹਨੇ ਬਸ, ਅਤੇ ਬਈ ਕੈਬ ਦੇ ਵਿੱਚ ਕੀ ਆ, ਖਾਣ ਪੀਣ ਨੂੰ ਕੋਈ ਜ਼ਿਆਦਾ ਕੋਈ ਚੀਜ਼ ਤਾਂ ਨਹੀਂ, ਅਤੇ ਚਿਕਨ ਚੁਕਨ ਨੂੰ ਅਲਾਊਡ ਨਹੀਂ ਕਰਦੇ, ਚਿਕਨ ਹੈ ਇੱਕ ਇਹਨਾਂ ਚੀਜ਼ਾਂ ਨੂੰ ਅਲਾਊਡ ਨਹੀਂ ਕਰਦੇ, ਕੁਕਡ ਚੀਜ਼ ਲੈ ਜਾਓ, ਕੋਈ ਪੀਕ ਵਾਲੀ ਚੀਜ਼ ਨਾ ਹੋਵੇ, ਇਹ ਚੀਜ਼ਾਂ ਲੈ ਕੇ ਤੁਰ ਪਏ ਹਾਂ। ਅਤੇ ਸਾਨੂੰ ਰਿਲੀਜ਼ ਦਾ ਦਿੱਤਾ ਪੇਪਰ ਦੇ ਉੱਤੇ, ਰਿਲੀਜ਼ ਕਰਕੇ ਦਿੱਤਾ, ਤੁਰ ਪਏ ਹਾਂ। ਠੀਕ ਹੈ ਜੀ, ਤੁਮੋ ਨੇ ਬਾਕੀ ਅੱਗੇ USA ਵਿੱਚ ਰੋਡਾਂ ਦਾ ਸਾਰਾ ਕੁਝ ਗਾਂਹ ਜਾ ਕੇ ਦਿੱਤੇ ਪਾਉਂਦੇ ਹਾਂ। ਠੀਕ ਹੈ ਜੀ, ਓਕੇ।
ਸੀਗਾ ਵੀ ਦੋਸਤੋ ਅਤੇ ਮੈਂ ਤਾਂ ਲੱਗਿਆ ਸੌਣ ਅਤੇ ਮੁੰਡਾ ਰਾਏ ਚਲਾਉਣ ਲੱਗਾ ਟਰੱਕ ਅਤੇ ਗਾਂਹ ਜਾ ਕੇ ਜਦੋਂ ਬੁੱਕ ਚੇਂਜ ਹੋਣੀ ਹੈ ਫਿਰ ਤੁਹਾਨੂੰ ਮੈਂ ਲਾਈਵ ਦਿਖਾਉਂ ਅਤੇ ਆਪਣਾ ਬੈੱਡ ਪੇਸ਼ ਹੋ ਗਿਆ ਬੈੱਡ ਸਾਰਾ ਲੱਗ ਚੁੱਕਿਆ ਅਤੇ ਆਪਾਂ ਸੌਣ ਤੋਂ ਬਾਅਦ ਫਿਰ ਮਿਲਦੇ ਹਾਂ ਗਾਂਹ ਜਾ ਕੇ ਸਟੋਪ 'ਤੇ ਜਿੱਥੋਂ ਬੁੱਕ ਚੇਂਜ ਕਰਾਂਗੇ ਓਕੇ ਬਾਏ ਹਾਂਜੀ ਦੋਸਤੋ ਉੱਥੇ ਗੈਸ ਸਟੇਸ਼ਨ 'ਤੇ ਪਹੁੰਚ ਗਏ ਅਤੇ ਹੁਣ ਤੇਲ ਤੁਲ ਪਾਉਣ ਲੱਗੇ ਹਾਂ ਤੇਲ ਪਾਉਣ ਵਾਲਾ ਸੀਗਾ ਠੀਕ ਆ ਅਤੇ ਹੁਣ ਤੇਲ ਪਾ ਕੇ ਫਿਰ ਗਾਂਹ ਚੱਲਾਂਗੇ ਮੁੰਡਾ ਤੇਲ ਪਾਉਣ ਲੱਗਿਆ ਹੋਇਆ ਅਤੇ ਰੀਫਰ 'ਚ ਵੀ ਤੇਲ ਪੈਣ ਵਾਲਾ ਅਤੇ ਹੁਣ ਤੇਲ ਪਾ ਕੇ ਅਤੇ ਸਾਡਾ ਲਾਵਾ ਲਾਭ ਤੋਂ ਤੇਲ ਪਾ ਕੇ ਰੋਟੀ ਰੋਟੀ ਖਾ ਕੇ ਫਿਰ ਅੱਗੇ ਤੁਰਦੇ ਹਾਂ ਅਤੇ ਅਸੀਂ ਇਸ ਟਾਈਮ ਡਿਸਟਿੰਕਸ਼ਨ 'ਚ ਹੀ ਹਾਂ ਅਤੇ ਫਿਰ ਗਾਂਹ ਰੋਡ ਹੁਣ ਡਿਊਟੀ ਚੇਂਜ ਕਰਾਂਗੇ ਅਤੇ ਹੁਣ ਮੈਂ ਬੈਠੂਗਾ ਡਰਾਈਵ 'ਤੇ ਅਤੇ ਡਰਾਈਵ 'ਤੇ ਬਹਿ ਕੇ ਫਿਰ ਚਲੋ ਅੱਗੇ ਤੁਹਾਨੂੰ ਰੋਡ 'ਤੇ ਦਿਖਾਉਂਦੇ ਹਾਂ ਡਾਇਰੈਕਸ਼ਨ ਕਿਵੇਂ ਕਿਵੇਂ ਕੀ ਹੈ ਹਲੋ ਜੀ ਫਿਊਲਿੰਗ ਕਰਤੀ ਆ ਸਟਾਰਟ ਆਪਾਂ ਫਿਊਲਿੰਗ ਚੱਲ ਰਹੀ ਆ ਤੇਲ ਦਿਨੋਂ ਦਿਨ ਮਹਿੰਗਾ ਹੀ ਸੀ ਅੱਜ ਵੀ ਹੈਗਾ ਵਾ 5.48 ਫਿਊਲਿੰਗ ਚੱਲ ਰਹੀ ਆ ਯੂ ਐੱਸ ਏ 'ਚ ਇੱਕ ਫਾਇਦਾ ਵਾ ਦੋਨਾਂ ਪਾਸੇ ਡੀਜ਼ਲ ਇਕੱਠਾ ਪੈਂਦਾ ਵਾ ਅਤੇ ਆਪਣੇ ਕਨੇਡਾ ਦੇ ਵਿੱਚ ਨਹੀਂ ਕਨੇਡਾ ਦੇ ਵਿੱਚ 1x1 ਪੈਂਦਾ ਵਾ ਵਨ ਇੱਕ ਪਹਿਲਾਂ ਪਾਸੇ ਫਿਰ ਦੂਜੇ ਪਾਸੇ ਜਿਹੜਾ ਦੋਨੇ ਪਾਸੇ ਪੈਂਦਾ ਵਾ ਅਤੇ ਬਾਕੀ ਚਲੋ ਦੇਖਦੇ ਹਾਂ ਹਾਂਜੀ ਦੋਸਤੋ ਰੋਟੀ ਪਾਣੀ ਛਕ ਲਿਆ ਤੇਲ ਪਾਣੀ ਪਾ ਲਿਆ ਸਾਰਾ ਕੁਝ ਖਾ ਪੀ ਲਿਆ ਰੈਡੀਆਂ ਹੁਣ ਬੁੱਕ ਛੂ ਚਲਾ ਲਈ ਆਪਾਂ ਲੀਡਰ ਕੋਲ ਫੀਲਿੰਗ ਪਾ ਲਈ ਆ ਲੱਗੇ ਹਾਂ ਅਤੇ ਰਾਏ ਸਾਹਿਬ ਵੀ ਬਸ ਪਿੱਛੇ ਨੇ ਰੋਟੀ ਖਾ ਰਹੇ ਆ ਖਾ ਕੇ ਬਸ ਤੁਰ ਤੁਰਦੇ ਹਾਂ ਅਤੇ ਇਹ ਸਲੀਪ 'ਚ ਨੇ ਹੁਣ ਇਹ ਸੌਂਗੇ ਅਤੇ ਮੈਂ ਡਰਾਈਵ 'ਤੇ ਆ ਗਿਆ ਅਤੇ ਹੁਣ ਤਾਂ ਪੂਰਾ ਦੱਬ ਕੇ ਲਾਉਂਦੇ ਹਾਂ ਅਤੇ ਚਲਾਉਂਦੇ ਹਾਂ ਮਿਲਦੇ ਅੱਗੇ ਹਾਂਜੀ ਕਿਵੇਂ ਹੋ ਸਾਰੇ ਠੀਕ ਹੋ ਅਸੀਂ ਹੈਗਾ ਜੀ ਵਾਸ਼ਿੰਗਟਨ ਦੇ 103 ਨੰਬਰ ਏਅਰਪੋਰਟ 'ਤੇ ਟਰੈਫਿਕ ਬਹੁਤ ਆ ਲੇਟ ਹੋਈ ਜਾ ਰਹੀ ਹੈ ਅਤੇ ਘੱਟੋ ਘੱਟ ਪਹਿਲਾਂ ਤਾਂ ਪਹੁੰਚੀ 9:30 ਹੁਣ ਤਾਂ 10:15 ਪਹੁੰਚ ਜਾਣ ਲੱਗ ਗਏ ਜਾਮ ਬਹੁਤ ਮਿਲ ਰਿਹਾ ਵਾ ਦੇਖਦੇ ਹਾਂ ਹੁਣ ਅੱਗੇ ਜਾ ਰਹੇ ਹਾਂ ਵੀ ਵੈਸੇ ਹੁਣ ਲੱਗਦਾ ਨਹੀਂ ਵੀ ਪੋਰਟਲੈਂਡ ਵੀ ਟਰੈਫਿਕ ਮਿਲਦੀ ਨਹੀਂ ਕਿਉਂਕਿ ਲੇਟ ਹੋ ਜਾਣਾ ਲੇਟ ਆ ਵੀ ਲੱਗ ਜਾਣੇ 2 ਘੰਟੇ ਪੋਰਟਲੈਂਡ ਪਹੁੰਚ ਜਾਣ ਤੁਹਾਨੂੰ ਜਾਮ ਘੱਟ ਟਾਈਮ ਦੀ ਬ੍ਰੇਕ ਸੀਗੀ ਅਤੇ ਬ੍ਰੇਕ ਤੋਂ ਬਾਅਦ ਉਹਨੂੰ ਅਸੀਂ ਖਾਣ ਪੀਣ ਦਾ ਮੂਡ ਬਣਾਇਆ ਸੀ ਖਾਣ ਪੀਣ ਲੱਗੇ ਸੀਗੇ ਹੁਣ ਅਸੀਂ ਇੱਥੇ ਸੀਗਾ ਆਪਣਾ ਆਰਬੀ ਤੋਂ ਅਤੇ ਆਰਬੀ 'ਚ ਖਾਣ ਪੀਣ ਨੂੰ ਲਿਆ ਅਤੇ ਖਾਵਾਂਗੇ ਫਿਰ ਰਾਏ ਸਾਹਿਬ ਖੜ੍ਹੇ ਸੀਗੇ ਅਤੇ ਇਹ ਵੀ ਖਾ ਕੇ ਫਿਰ ਪਹਿਣਗੇ ਬਸ ਅਤੇ ਦੇਖਦੇ ਹਾਂ ਫਿਰ ਅੱਗੇ ਆਰਬੀ ਲਵ ਗੈਸ ਸਟੇਸ਼ਨ ਆਰਬੀ ਰਾਏ ਹਾਂਜੀ ਆਪਣੇ ਹਾਫ ਡਿਊਟੀ ਜੋ ਮਤਲਬ ਨਿਕਲ ਗਈ ਆ ਬ੍ਰੇਕ ਆਪਣੀ ਅਤੇ ਬ੍ਰੇਕ ਕੱਢਣ ਤੋਂ ਬਾਅਦ ਖਾ ਪੀ ਵੀ ਲਿਆ ਖਾ ਪੀ ਕੇ ਬਸ ਹੁਣ ਲੱਭ ਤੋਂ ਅਸੀਂ ਤੁਰ ਪਏ ਹਾਂ ਮੈਂ ਤੇ ਰਾਏ ਅਤੇ ਲਾਵਾ ਅਤੇ ਲੱਭ ਤੋਂ ਤੁਰੇ ਹਾਂ ਲੱਭ ਨਾਲ ਤਾਂ ਸਰ ਲੱਭ ਹੀ ਹੋਇਆ ਹੋਇਆ ਸਾਰੇ ਅਸੀਂ ਇੱਥੇ ਹੀ ਰੁਕਦੇ ਹਾਂ ਲੱਭ ਤੇ ਤੇਲ ਤੂਲ ਸਭ ਇੱਥੇ ਹੀ ਪਵਾ ਕੇ ਵਧੀਆ ਵਾ ਅਤੇ ਵਧੀਆ ਸਾਰਾ ਕੁਛ ਇੱਥੇ ਲੱਭਦਾ ਖਾਣਾ ਦਾਣਾ ਵੀ ਵਧੀਆ ਹੁੰਦਾ ਇਹਨਾਂ ਦੇ ਅੰਦਰ ਵਧੀਆ ਹੁੰਦਾ ਸਾਰੇ ਆਰਬੀਸ ਚੈਸਟਰ ਅਤੇ ਹਰ ਤਰ੍ਹਾਂ ਦਾ ਵਰਾਇਟੀ ਹੁੰਦੀ ਹੈ ਇਹਨਾਂ ਦੇ ਖਾਣ ਪੀਣ ਦੀ ਵੈੱਜ ਹੀ ਨੋਨ ਵੈੱਜ ਹੀ ਅਤੇ ਹੁਣ ਅਸੀਂ ਇੱਥੋਂ ਖਾ ਪੀ ਕੇ ਤੁਰ ਪਏ ਹਾਂ ਅਤੇ ਚਲੋ ਮਿਲਦੇ ਹਾਂ ਅੱਗੇ ਤੋਂ ਵਿਊ 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 ਆ ਕਿੰਨਾ ਸੋਹਣਾ ਵਿਊ ਲੱਗਦਾ ਵਾ ਦਿਲ ਲੱਗਦਾ ਇੱਧਰਲੀਆਂ ਰੋਡਾਂ 'ਤੇ ਚੱਲ ਕੇ ਵੀ ਵਧੀਆ ਵਾ ਰੈਸਟ ਥਾਂ ਥਾਂ 'ਤੇ ਰੈਸਟ ਏਰੀਏ ਅਤੇ ਹਰ ਇੱਕ ਚੀਜ਼ ਮਿਲਦੀ ਹੈ ਇੱਧਰ ਸਹੂਲਤਾਂ ਵਧੀਆ ਨੇ ਅਤੇ ਵਧੀਆ ਮਤਲਬ ਵਿਊ ਆ ਦੇਖੋ ਵਿਊ ਦੇਖੋ ਵਿਊ ਕਿੰਨਾ ਵਧੀਆ
हाँ जी दोस्त, रात के 2 बज गए तो शिफ्ट चेंज होने लगी है। हम राय ना फड़िया, राय नहा गया हो तो हम मेरी स्लीप आ गई तो हम राय नहाऊगा कि बैठू ड्राइव से। हम मैं तो सौन दिन तैयारियाँ तगड़ा ट्रक अपना बस अगे तुरन दिन तैयारियां ने। लव तो खड़े थे, लव तो नहा गया हो राय तो हम मैं सौन दिन तैयारियाँ तो राय चलाऊ। ठीक है जी, मिलते हैं सवेरे मॉर्निंग। हेलो दोस्तों, गुड मॉर्निंग हो गई है, राती सुते 2 बजे तो हूँ 10 पहुंचने लगे ने, उठ खड़े हैं तो लोड लाने वाली जगह पर पहुँच चले कैलीफोर्निया। तो बहुत वधिया मौसम, बहुत वधिया, बहुत वधिया वा, ए लगता जिवें इंडिया के माहौल के बच्चे जाने, धुप धुप इतने वधिया वा। तो नाल दा टीम पार्टनर दब के लगे हुआ राय साहब, सत श्री अकाल जी सारिआं नूं। तो राय लग्या हुआ पूरा दब दबा के, तो आपां देख लो एरिया किन्ना सोहना, व्यू बहुत सोहना इत्थे, तो सोहना लगता एरिया ये जो भी इधर आने लूड़। मैंने बहुत वधिया दिल लगता इधर, साडा राय भी पूरा टट के लग्या हुआ, दब के दाए दब के, राय शर्मा वाला साडा वधिया वधिया देखियो इत्थे के व्यू बहुत वधिया। छुपे चकारने पहाड़े या पहाड़ियों के सोहना लगता है। चलो मिलते हैं कल लोड़ वाली जगह पर पहुँच के लाने वाली। तो हाँ जी लोड लाने लग गया वा, इसलिए फ्रैश फ्रुश होया जानू जाके मूवमेंट होया जी, लोड लै रहा वा। लोड लैन तो बाद फिर डिस्पैच देखते हैं कितने की आँदी है, किधर जाना अगे लोड पिक कर ली, तो पिक करके फिर वापसी बैकू कनेडा। बाकी खड़ा अपना ट्रक लोड लगते लग्या हो, टॉक तो लग्या हुआ वा, लै रहा वा। तो राय साहब जा रहे हैं मूहे मूहे, हम रोटी रुटी कहने खा के फिर गांह तुरते हैं तो डिस्पैच लेने हैं। आ ठीक है जी, मिलते हैं फिर जी। आ गया फिर तो लोड लाता, लोड ला के हम अभी तुर पे आगे लोड चकन लई, तो लोड चकते हैं जाके पहुँचते हैं दो बजे लोड चकन वाले ने, जाके इतने पहुँच के चकते हैं, चक के फिर थोड़े नाल रू रू घूमते हैं तो अपना राय ड्राइव पे है पूरे वही एरिया। गर्मी पूरी है 38 डिग्री, ट्रक खड़ा अपना डॉक्टर लगे अजय कोई नहीं, रेड लाइट रेड लाइट होने बाद लोड होगा तो गरीब से मूव करा। हाँ जी लोड करा लिया जी, लोड करा के अभी तुर पे हैं वालनट से एल ए शहर का वालनट लोड करा के तुर पे इतना, तो हम अगे जा रहे हैं, हम अगे जाके देखते हैं अगे मिलते हैं। कोई नहीं, यह है वालनट शहर सारा, वालनट ये अपनी भाई ग्रेपवाइन हिल एल ए सब तो टॉप से आ, बहुत मतलब ट्रक स्लो चलते हैं, वहाँ तुम देख ही रहे होंगे कि हौली हौली चढ़ रहे हैं, तो बहुत
ਹਾਈਟ ਚਾਹੇ ਬਹੁਤ ਜ਼ਿਆਦਾ ਅਤੇ ਵਿਊ ਦੇਖੋ ਕਿੰਨਾ ਵਧੀਆ ਵਾ ਇੱਧਰ ਲੈਫਟ ਸਾਈਡ 'ਤੇ ਸੂਰਜ ਸਨਸੈੱਟ ਹੋ ਰਿਹਾ ਵਾ ਅਤੇ ਵਿਊ ਬਹੁਤ ਸੋਹਣਾ ਲੱਗਦਾ ਇੱਥੋਂ ਅਤੇ ਹਾਈਟ ਬਹੁਤ ਉੱਚੀ ਹਾਈਟ 'ਤੇ ਹੈ ਅਪ ਡਾਊਨ ਆਉਂਦੀ ਰਹਿੰਦੀ ਆ ਹੁਣ ਹੁਣ ਇੱਥੇ ਹੁਣ ਜਿਵੇਂ ਹੁਣ ਆ ਜਾ ਰਹੇ ਹਾਂ ਹੋਲੀਵੁੱਡ ਟਰੱਕ ਚੱਲ ਰਿਹਾ ਵਾ ਲੋਡ ਪੂਰਾ ਵਾ ਫੁੱਲ ਆ ਲੋਡ ਪੂਰਾ ਫੁੱਲ ਆ ਤਾਂ ਕਰਕੇ ਟਰੱਕ ਹੌਲੀ ਜਾ ਰਿਹਾ ਵਾ ਅਤੇ ਸਾਡੇ ਕੋਲ ਹੈਗਾ ਜੂਸ ਜੂਸ ਲੈ ਕੇ ਜਾ ਰਹੇ ਹਾਂ ਜਾਈ ਜਾ ਰਿਹਾ ਕਿ ਇੱਧਰ ਸਨਸੈੱਟ ਪੁਆਇੰਟ ਲੈਫਟ ਸਾਈਡ 'ਤੇ ਫੇਰ ਆਉਣ ਲੱਗਿਆ ਬਹੁਤ ਸੋਹਣਾ ਦੇਖੋ ਚਾਨਣ ਜੀ ਦਾ ਆਉਣਾ ਬਹੁਤ ਵਧੀਆ ਵਿਊ ਆ ਅਤੇ ਪੂਰਾ ਰਾਸ਼ਾ ਪੂਰਾ ਚੱਲ ਰਹੇ ਨੇ ਟਰੱਕ ਪੂਰੇ ਆ ਜਿਹੜੇ ਖਾਲੀ ਨੇ ਜਾਂਦੇ ਆ ਭਜਾਈ ਸਾਡੇ ਵਰਗੇ ਜਾਂਦੇ ਆ ਹੌਲੀ ਹੌਲੀ ਹਾਂਜੀ ਦੋਸਤੋ ਕੀ ਹਾਲ ਚਾਲ ਆ ਰਾਤ ਵੀਡੀਓ ਬਣਾਉਣੀ ਭੁੱਲ ਗਏ ਡਿਊਟੀ ਚੇਂਜ ਕੀਤੀ ਦੀ ਅਤੇ ਕਿੱਥੇ ਸੁਰ ਕੇ ਕੀ ਖਾਧਾ ਪੀਤਾ ਸੋਰੀ ਦੱਸਣਾ ਭੁੱਲ ਗਈ ਸਾਰਾ ਉੱਥੇ ਅਤੇ ਵੀਡੀਓ ਬਣੀ ਨਹੀਂ ਅਤੇ ਹੁਣ ਵੀ ਅਸੀਂ ਮੈਂ ਉੱਠਿਆ ਸੀਗਾ ਉੱਠ ਕੇ ਫਰੈਸ਼ ਫਰੁਸ਼ ਹੋ ਕੇ ਕਰਕੇ ਅਤੇ ਖਾਣ ਪੀਣ ਲਈ ਚੁੱਕਿਆ ਖਾ ਪੀ ਕੇ ਹੁਣ ਬਸ ਤੁਰ ਪਏ ਹਾਂ ਅਤੇ ਪਹੁੰਚਾਂਗੇ ਸ਼ਾਮ ਨੂੰ ਅੱਜ 6 ਵਜੇ ਦੇ ਬੈਕੂ ਚਾੜ ਦੇ ਵਿੱਚ ਸਾਡੇ ਰਾਜ ਸਿੰਘ ਡਟਿਆਲਿਆ ਵਾ ਪੂਰਾ ਮੈਦਾਨ ਦੇ ਵਿੱਚ ਰਾਜ ਸਿੰਘ ਇਹ ਪੂਰਾ ਡਟਿਆ ਹੋਇਆ ਭਰਾ ਖਾਣ ਪੀਣ 'ਚ ਮਸਤਾਂ ਅਤੇ ਜਾਈ ਜਾ ਰਹੇ ਹਾਂ ਬਸ ਬੈਕ ਟੂ ਕਨੇਡਾ ਪੇਪਰ ਵਰਕ ਸਾਰਾ ਘਟਾ ਲਿਆ ਅਤੇ ਵਧੀਆ ਰਿਹਾ ਟ੍ਰਿਪ ਬਹੁਤ ਵਧੀਆ ਰਿਹਾ ਅਤੇ ਬਾਕੀ ਵਧੀਆ ਤੋਂ ਵਧੀਆ ਵਰਕ ਰਹੂਗਾ ਅਸੀਂ ਪਹੁੰਚ ਗਿਆ ਬਾਰਡਰ 'ਤੇ ਇਹ ਆਪਣੇ ਬਾਰਡਰ ਦਾ 275 ਪਲੇਨ ਵਾਲਾ ਐਗਜਿਟ ਆ ਅਤੇ ਸਾਹਮਣੇ ਹੈਗਾ ਇੱਧਰ ਅਮੈਰੀਕਾ ਤੋਂ ਕੈਨੇਡਾ ਇੰਟਰ ਹੋਣ ਵਾਲਾ ਬਾਰਡਰ ਅਤੇ ਹੁਣ ਇੱਧਰ ਆਏ ਹਾਂ ਅਤੇ ਮੇਰਾ ਟੀਮ ਬਾਰਡਰ ਰਾਏ ਅਤੇ ਰਾਏ ਸਾਹਿਬ ਡਟੇ ਹੋਏ ਆ ਰਾਤ ਦੇ 1 ਵਜੇ ਦੇ ਅਤੇ ਬਸ ਬਾਰਡਰ 'ਤੇ ਪਹੁੰਚਣ ਵਾਲੇ ਹਾਂ ਸਾਹਮਣੇ ਬਾਰਡਰ ਆ ਗਿਆ ਅਤੇ ਸਾਹਮਣੇ ਡਿਊਟੀ ਫਰੀ ਆ ਡਿਊਟੀ ਫਰੀ ਚੱਲਾਂਗੇ ਦੇਖਾਂਗੇ ਸੇਲ ਲੱਗੀ ਹੁੰਦੀ ਆ ਕੋਈ ਨਾ ਕੋਈ ਲੈ ਚੱਲਾਂਗੇ ਘਰ ਨੂੰ ਅਤੇ ਬਾਕੀ ਦੇਖਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਡਿਊਟੀ ਫਰੀ ਜਾਂਦੇ ਹੋਏ ਅਤੇ ਕਿਵੇਂ ਆ ਡਿਊਟੀ ਫਰੀ ਦਾ ਰਸਤਾ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਜਾ ਕੇ ਅੱਗੇ ਆ ਗਿਆ ਆਪਣਾ ਬਾਰਡਰ ਬਸ ਬਾਰਡਰ 'ਤੇ ਜਾ ਰਹੇ ਹਾਂ ਸਾਹਮਣੇ ਆ ਕੈਨੇਡਾ ਦਾ ਬਾਰਡਰ ਅਤੇ ਟਰੱਕ 1x1 ਪਾਸ ਕਰ ਰਿਹਾ ਵਾ ਅਤੇ ਪੇਪਰ ਵਰਕਾਂ ਨਾਲ ਅਤੇ ਅਸੀਂ ਚੱਕ ਲਿਆ ਉੱਥੋਂ ਲੈ ਲਿਆ ਪਰਫਿਊਮ ਲੈ ਲਿਆ ਅਤੇ ਡਿਊਟੀ ਫਰੀ ਤਾਂ ਚਲੋ ਵਧੀਆ ਲੱਗਿਆ ਅਤੇ ਰਾਜ ਸਾਹਿਬ ਡਟੇ ਹੋਏ ਨੇ ਮੈਦਾਨ 'ਚ ਅਤੇ ਇੱਧਰ ਮੈਂ ਆਪ ਖੁਦ ਲੱਗਿਆ ਹੋਇਆ ਬੈਠਾ ਅਤੇ ਲੱਗੇ ਹੋਏ ਹਾਂ ਬਸ ਚੱਲ ਰਹੇ ਹਾਂ ਅਤੇ 1x1 ਚੱਲ ਰਹੀ ਹੈ 1x1 ਬਸ ਵਾਰੀ ਆ ਰਹੀ ਆ ਸਟੋਪ ਕਰ ਲੈਣਾ ਗ੍ਰੀਨ ਲਾਈਟ ਹੋਊਗੀ ਤਾਂ ਗਾਂ ਜਾਵਾਂਗੇ ਓਕੇ ਮਿਲਦੇ ਹਾਂ ਅੱਗੇ ਜਾ ਕੇ ਹਾਂਜੀ ਬਾਰਡਰ ਗਏ ਸੀ ਟੱਪ ਬਾਰਡਰ ਟੱਪ ਕੇ ਅਸੀਂ 16 ਐਵਨਿਊ 'ਤੇ ਪੈ ਗਏ ਹਾਂ ਅਤੇ 16 ਐਵਨਿਊ 'ਤੇ ਪੈ ਜਾ ਰਹੇ ਹਾਂ ਅਤੇ ਔਫਿਸਰ ਨੇ ਕੁਛ ਨਹੀਂ ਜ਼ਿਆਦਾ ਕੋਈ ਜ਼ਿਆਦਾ ਸਵਾਲ ਜਵਾਬ ਨਹੀਂ ਕਰਦੇ ਹੈਗੇ ਵਧੀਆ ਮਤਲਬ ਔਫਿਸਰ ਨੇ ਪੁੱਛਿਆ ਕਿੱਥੋਂ ਕਿੱਥੇ ਆਏ ਹੋ ਕਿੱਧਰ ਗਏ ਸੀ ਕੀ ਲੈ ਕੇ ਆਏ ਹੋ ਵਾਦੇ ਤੱਕ ਪੁੱਛਿਆ ਕਹਿੰਦਾ ਓਕੇ ਗੁੱਡ ਗੋ ਅਤੇ ਰਾਜ ਸਾਹਿਬ ਨੂੰ ਪੂਰੀ ਸੁਸਤੀ ਪੈ ਚੁੱਕੀ ਆ ਕਿਉਂਕਿ ਰਾਤ ਦੇ ਲੱਗੇ ਹੋਏ ਆ ਮੁੰਡੇ ਦੀ ਸਮਾਈਲ ਹੀ ਦੱਸਦੀ ਆ ਵੀ ਕਿੰਨਾ ਕੁ ਸੁਸਤੀ ਪੈ ਗਈ ਹੈ ਅਤੇ ਸਾਹਮਣੇ ਆਪਣੀਆਂ 16 ਐਵਨਿਊ 16 'ਤੇ ਜਾ ਰਹੇ ਹਾਂ 16 ਹਾਈਵੇ 'ਤੇ ਜਾਈ ਜਾ ਰਹੇ ਹਾਂ ਟਰੈਫਿਕ ਲੱਗੀ ਹੋਈ ਆ ਹੌਲੀ ਹੌਲੀ ਜਾ ਰਹੇ ਹਾਂ ਜਾਂਦੇ ਹਾਂ ਵਾ ਹੌਲੀ 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 ਬਹੁਤ ਵਧੀਆ ਯਾ ਚਲੋ ਬਾਕੀ ਮਿਲਦੇ ਹਾਂ ਜਾੜ ਦੇ ਵਿੱਚ ਜਾ ਕੇ ਜਾਮ ਲੱਗ ਗਿਆ ਜੀ ਜਿਉਂ ਜਿਉਂ ਨੇੜੇ ਆ ਗਏ ਤਿਉਂ ਤਿਉਂ ਸਿਰਫ 5 ਤੋਂ 7 ਮਿੰਟ ਦਾ ਡਰਾਈਵ ਸੀਗੀ ਜਾਮ ਲੱਗ ਗਿਆ ਤੁਰਦੀ ਮੋਹੌਲੀ ਬਹੁਤ ਆ ਟਰੈਫਿਕ ਭੁੱਖੇ ਹੈਗੇ ਆ ਅਤੇ ਇਸ ਮੈਟਰ ਦੇ ਵਿੱਚ ਰਾਏ ਸਾਹਿਬ ਤੁਹਾਡਾ ਕੀ ਵਿਚਾਰ ਆ ਜੀ ਸਵੇਰ ਦਾ ਕੁਛ ਖਾਧਾ ਨਹੀਂ ਹੋਇਆ ਇਹੀ ਸੀਗਾ ਘਰੇ ਜਾ ਕੇ ਪੱਕਦੀ ਰੋਟੀ ਖਾਵਾਂਗੇ
ਤਾਜ਼ੀ ਤਾਜ਼ੀ ਹੋਰ ਅੱਧਾ ਘੰਟਾ ਲਾਤਾ 5 ਮਿੰਟ ਤਾਜ਼ੀ ਤਾਜ਼ੀ ਆ 5 ਮਿੰਟਾਂ ਦੇ ਨੇ ਅੱਧਾ ਘੰਟਾ ਅੱਧਾ ਘੰਟਾ ਫੇਰ ਲਵਾਤਾ ਤੇ ਹੁਣ ਇਹਦੇ ਵਿੱਚ ਇਹਦਾ ਬਾਰੇ ਹੁਣ ਕੀ ਕਹਿ ਸਕਦੇ ਆ ਕਿਸਮਤ 12:30 ਵਜੇ ਪਹੁੰਚਦੇ ਸੀ 12:30 ਦੇ ਪਹੁੰਚਦੇ ਪਹੁੰਚਦੇ 2 ਵੱਜ ਗਏ ਆ ਇਹ ਕੀ ਹੋਇਆ ਕਿਸਮਤ ਲੱਕ ਸਾਡਾ ਲੱਕ ਹੀ ਮਾੜਾ ਕੀ ਕਰੀਏ ਤੁਹਾਡਾ ਕੀ ਨਾ ਲੱਕ ਮਾੜਾ ਕਿ ਕਿਵੇਂ ਆ ਹੈਗਾ ਨਾ ਟ੍ਰੈਫਿਕ ਦੇ ਮਾਮਲੇ ਜਦੋਂ ਵੀ ਭੈਣ ਕਾਹਲੀ ਕਰੋ ਤਾਂ ਆਹੀ ਕੁਝ ਹੁੰਦਾ ਬਸ ਚਲੋ ਮਿਲਦੇ ਹਾਂ ਅੱਗੇ ਜਾ ਕੇ।